ओके 515 ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਟੌਪਿਕ ਹੈ ਦੈਟ ਇਜ਼ ਅੰਬਰਟੋ ਈਕੋ ਕੈਜ਼ਾਬਲੈਂਕਾ ਕਲਟ ਮੂਵੀਜ਼ ਐਂਡ ਇੰਟਰਟੈਕਸਚੁਅਲ ਕੋਲਾਜ ਤਾਂ ਅੰਬਰਟੋ ਈਕੋ ਜਿਹੜਾ ਪਰਸਨ ਹੈ ਇਹਦੀ ਇੱਕ ਕਲੈਕਸ਼ਨ ਆਫ ਐਸੇਜ਼ ਆਈ ਸੀ ਜਿਵੇਂ ਕਾਫੀ ਸਾਰੇ ਲੇਖਾਂ ਦੀ ਇੱਕ ਕਲੈਕਸ਼ਨ ਸੀ ਉਹਦੇ ਵਿੱਚੋਂ ਇੱਕ ਐਸੇ ਸੀਗਾ ਵਿਚ ਇਜ਼ ਨੇਮਡ ਐਜ਼ ਕੈਜ਼ਾਬਲੈਂਕਾ ਕਲਟ ਮੂਵੀਜ਼ ਐਂਡ ਇੰਟਰਟੈਕਸਚੁਅਲ ਕੋਲਾਜ ਤਾਂ ਜਿਹੜਾ ਇਹ ਇੱਕ ਪਰਟੀਕੁਲਰ ਐਸੇ ਸੀਗਾ ਇਹਦੇ ਵਿੱਚ ਈਕੋ ਨੇ ਕਲਟ ਮੂਵੀਜ਼ ਅਤੇ ਇੰਟਰਟੈਕਸਚੁਅਲ ਕੋਲਾਜ ਦੇ ਜਿਹੜੇ ਕੋਨਸੈਪਟ ਸੀ ਉਹਨਾਂ ਨੂੰ ਐਕਸਪਲੋਰ ਕੀਤਾ ਸੀਗਾ ਅਤੇ ਇਹਦੇ ਵਿੱਚ ਆਪਾਂ ਕੁਛ ਕੀ ਕੋਨਸੈਪਟਸ ਪੜ੍ਹਨੇ ਨੇ ਜਾਂ ਕੀ ਪੁਆਇੰਟਸ ਪੜ੍ਹਨੇ ਨੇਗੇ ਜਿਹੜੇ ਈਕੋ ਦੇ ਕੋਨਸੈਪਟਸ ਨਾਲ ਰਿਲੇਟਡ ਨੇ ਪਹਿਲਾ ਕੋਨਸੈਪਟ ਤਾਂ ਇਹੀ ਆ ਕੀ ਪੁਆਇੰਟ ਕੀ ਆ ਕਲਟ ਮੂਵੀ ਕਲਟ ਮੂਵੀਜ਼ ਦੀ ਡੈਫੀਨੇਸ਼ਨ ਕੀ ਹੈ ਜਾਂ ਵਟ ਆਰ ਕਲਟ ਮੂਵੀਜ਼ ਸੋ ਕਲਟ ਮੂਵੀਜ਼ ਕੀ ਨੇ ਉਹ ਮੂਵੀਜ਼ ਜਿਨ੍ਹਾਂ ਦਾ ਇੱਕ ਡੈਡੀਕੇਟਿਡ ਅਤੇ ਪੈਸ਼ਨੇਟ ਫੈਨ ਬੇਸ ਆ ਲਾਈਕ ਮੂਵੀਜ਼ ਤਾਂ ਬਹੁਤ ਆਉਂਦੀਆਂ ਨੇ ਪਰ ਕੁਛ ਮੂਵੀਜ਼ ਅਜਿਹੀਆਂ ਜਿਨ੍ਹਾਂ ਦਾ ਇੱਕ ਫੈਨ ਬੇਸ ਬਣ ਜਾਂਦਾ ਵਾ ਬਹੁਤ ਜਿਵੇਂ ਆਪਾਂ ਕਹਿੰਦੇ ਨੇ ਕੱਟੜ ਫੈਨ ਬਣ ਜਾਂਦੇ ਨੇ ਇੱਕ ਪਰਟੀਕੁਲਰ ਕਲਾਸ ਬਣ ਜਾਂਦੀ ਹੈ ਜਿਹੜੇ ਬਹੁਤ ਡੈਡੀਕੇਟਿਡ ਹੁੰਦੇ ਨੇਗੇ ਉਸ ਮੂਵੀ ਦੇ ਲਈ ਅਤੇ ਇਹੋ ਜਿਹੀਆਂ ਮੂਵੀਜ਼ ਓਬਵੀਅਸਲੀ ਫੇਮਸ ਹੋਣਗੀਆਂ ਤਾਂ ਬਹੁਤ ਫੇਮਸ ਹੁੰਦੀਆਂ ਨੇ ਇੰਨੀਆਂ ਫੇਮਸ ਹੁੰਦੀਆਂ ਨੇ ਕਿ ਇੱਕ ਕਲਚਰ ਬਣ ਕੇ ਰਹਿ ਜਾਂਦੀਆਂ ਨੇ ਮਤਲਬ ਬਹੁਤ ਫੇਮਸ ਹੁੰਦੀਆਂ ਨੇ ਜਾਂ ਅਸੀਂ ਕਹਿ ਸਕਦੇ ਹਾਂ ਕਲਟ ਮੂਵੀਜ਼ ਅਕੋਰਡਿੰਗ ਟੂ ਈਕੋ ਆਰ ਕਰੈਕਟਰਾਈਜ਼ਡ ਬਾਈ ਆਡੀਅੰਸ ਡੀਪ ਐਂਗੇਜਮੈਂਟ ਉਹਨੇ ਕੀ ਕਿਹਾ ਈਕੋ ਨੇ ਕਿ ਕਲਟ ਮੂਵੀਜ਼ ਉਹ ਨੇ ਜਿਨ੍ਹਾਂ ਦੇ ਵਿੱਚ ਆਡੀਅੰਸ ਇੱਕ ਬਹੁਤ ਡੀਪ ਐਂਗੇਜਮੈਂਟ ਸ਼ੋ ਕਰੇ ਅਤੇ ਆਪਣੇ ਆਪ ਚੀਜ਼ਾਂ ਨੂੰ ਇੰਟਰਪ੍ਰੈਟ ਕਰੇ ਫੈਨਸ ਡਿਵੈਲਪ ਅ ਡੀਪ ਕਨੈਕਸ਼ਨ ਟੂ ਦਾ ਫਿਲਮ ਉਸ ਫਿਲਮ ਦੇ ਨਾਲ ਜਿਹੜੇ ਫੈਨਸ ਨੇ ਆਪਣੇ ਆਪ ਨੂੰ ਬਹੁਤ ਕਨੈਕਟਡ ਫੀਲ ਕਰਨ ਓਫਨ ਫਾਰਮਿੰਗ ਸਬ ਕਲਚਰਸ ਅਰਾਊਂਡ ਇਟ ਅਤੇ ਉਹ ਉਸ ਮੂਵੀ ਦੇ ਲਈ ਇੰਨੇ ਜ਼ਿਆਦਾ ਲਾਈਕ ਫੈਨ ਬੇਸ ਇੰਨਾ ਜ਼ਿਆਦਾ ਸਟਰੋਂਗ ਬਣ ਜਾਵੇ ਆਪਣੇ ਆਪ ਨੂੰ ਇੰਨਾ ਕਨੈਕਟ ਕਰ ਲੈਣ ਕਿ ਉਹਦੇ ਅਰਾਊਂਡ ਇੱਕ ਸਬ ਕਲਚਰ ਬਣ ਜਾਵੇ ਹੁਣ ਇਹ ਲਾਈਨ ਦਾ ਮੀਨਿੰਗ ਕੀ ਆ ਕਿ ਫੋਰ ਐਗਜ਼ਾਮਪਲ ਕੋਈ ਪਰਟੀਕੁਲਰ ਮੂਵੀ ਆ ਠੀਕ ਹੈ ਉਹਦੇ ਵਿੱਚ ਕੋਈ ਪ੍ਰਿੰਸੀਪਲਸ ਜਾਂ ਇੱਦਾਂ ਦੇ ਲਾਜ਼ ਜਾਂ ਐਵੇਂ ਦੀਆਂ ਵੈਲਿਊਜ਼ ਦਿਖਾਈਆਂ ਗਈਆਂ ਕਿ ਲੋਕਾਂ ਨੇ ਉਹ ਚੀਜ਼ਾਂ ਬਹੁਤ ਪਸੰਦ ਕੀਤੀਆਂ ਲੋਕ ਉਹਦੇ ਨਾਲ ਬਹੁਤ ਜ਼ਿਆਦਾ ਆਪਣੇ ਆਪ ਨੂੰ ਉਹਨਾਂ ਨੇ ਜੁੜਿਆ ਹੋਇਆ ਮਹਿਸੂਸ ਕੀਤਾ ਅਤੇ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਵੀ ਉਹ ਰੂਲਸ ਉਹ ਪ੍ਰਿੰਸੀਪਲਸ ਲੈ ਆਉਂਦੇ ਠੀਕ ਹੈ ਹੈਗੇ ਉਹ ਕਿਸੇ ਹੋਰ ਕਲਚਰ ਦੇ ਨੇ ਉਹਨਾਂ ਦੇ ਕਲਚਰ ਵਿੱਚ ਉਹ ਚੀਜ਼ਾਂ ਨਹੀਂ ਹੈਗੀਆਂ ਬਟ ਉਹਨਾਂ ਨੇ ਉਸ ਮੂਵੀ ਕਰਕੇ ਕਿਉਂਕਿ ਉਹ ਲਾਈਕ ਉਹਨਾਂ ਦਾ ਤਕੜਾ ਫੈਨ ਬੇਸ ਸੀਗਾ ਤਾਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਹ ਮੂਵੀ ਵਾਲੇ ਪ੍ਰਿੰਸੀਪਲ ਜਾਂ ਲਾਜ਼ ਲਾਗੂ ਕਰ ਲਏ ਇਸ ਚੀਜ਼ ਨੂੰ ਕਹਿੰਦੇ ਆ ਸਬ ਕਲਚਰ ਕਿ ਉਹਨਾਂ ਨੇ ਉਸ ਮੂਵੀ ਦੇ ਅਰਾਊਂਡ ਇੱਕ ਸਬ ਕਲਚਰ ਬਣਾ ਲਿਆ ਸੋ ਇੱਦਾਂ ਦੀਆਂ ਮੂਵੀਜ਼ ਨੂੰ ਕਹਿੰਦੇ ਨੇ ਕਲਟ ਮੂਵੀਜ਼ ਫੋਰ ਐਗਜ਼ਾਮਪਲ ਜਿਵੇਂ ਯੋਧਾ ਅਕਬਰ ਕਹਿ ਦਈਏ ਕਿੰਨੀ ਫੇਮਸ ਹੋਈ ਸੀਗੀ ਠੀਕ ਹੈ ਉਹਦਾ ਇੱਕ ਪੈਸ਼ਨੇਟ ਫੈਨ ਬੇਸ ਬਣਿਆ ਸੀ ਡੈਡੀਕੇਟਡ ਫੈਨ ਬੇਸ ਬਣਿਆ ਸੀਗਾ ਅਤੇ ਆਡੀਅੰਸ ਨੇ ਡੀਪਲੀ ਕਨੈਕਟ ਕੀਤਾ ਸੀਗਾ ਠੀਕ ਹੈ ਅਤੇ ਕਈਆਂ ਨੇ ਉਹਦੇ ਅਰਾਊਂਡ ਸਬ ਕਲਚਰ ਵੀ ਬਣਾਇਆ ਹੋਊਗਾ ਕੁਛ ਅਜਿਹੀਆਂ ਵੈਲਿਊਜ਼ ਦਿਖਾਈਆਂ ਗਈਆਂ ਹੋਣਗੀਆਂ ਜਿਹੜੀਆਂ ਕਿਸੇ ਨੇ ਉਸ ਮੂਵੀ ਤੋਂ ਸਿੱਖੀਆਂ ਹੋਣਗੀਆਂ ਜਾਂ ਹੋਰ ਬਹੁਤ ਸਾਰੀਆਂ ਮੂਵੀਜ਼ ਨੇ ਇੱਦਾਂ ਦੀਆਂ ਠੀਕ ਹੈ ਦੈਨ ਕਮਸ ਇੰਟਰਟੈਕਸਚੁਅਲ ਕੋਲਾਜ ਓਕੇ ਕਲਟ ਮੂਵੀਜ਼ ਆਰ ਨੋਟ ਆਈਸੋਲੇਟਡ ਵਰਕਸ ਬਟ ਰਾਦਰ ਕੋਲਾਜਸ ਆਫ ਵੇਰੀਅਸ ਐਲੀਮੈਂਟਸ ਹੁਣ ਕੋਲਾਜ ਤੋਂ ਆਪਾਂ ਨੂੰ ਪਤਾ ਲੱਗ ਰਿਹਾ ਵਾ ਕਿ ਕਾਫੀ ਸਾਰੀਆਂ ਚੀਜ਼ਾਂ ਇਨਵੋਲਵ ਨੇ ਇਹ ਕੀ ਕਹਿ ਰਿਹਾ ਈਕੋ ਕਿ ਕਲਟ ਮੂਵੀਜ਼ ਜਿਹੜੀਆਂ ਨੇ ਉਹ ਆਪਣੇ ਆਪ ਵਿੱਚ ਆਈਸੋਲੇਟਡ ਵਰਕ ਨਹੀਂ ਹੁੰਦੀਆਂ ਇਕੱਲੀਆਂ ਨਹੀਂ ਹੁੰਦੀਆਂ ਪਰ ਇਹ ਕੀ ਹੁੰਦਾ ਵਾ ਕੋਲਾਜਸ ਆਫ ਵੇਰੀਅਸ ਐਲੀਮੈਂਟਸ ਇਹਨਾਂ ਦੇ ਵਿੱਚ ਬਹੁਤ ਸਾਰੇ ਐਲੀਮੈਂਟਸ ਹੁੰਦੇ ਹੁਣ ਐਲੀਮੈਂਟਸ ਦਾ ਮਤਲਬ ਕੀ ਆ ਕਿਸੇ ਹੋਰ ਮੂਵੀ ਤੋਂ ਰੈਫਰੈਂਸ ਲਈ ਹੁੰਦੀ ਆ ਕੋਈ ਲਿਟਰੇਚਰ ਬੇਸਡ ਜਿਹੜਾ ਲਿਟਰੇਚਰ ਚੱਕਿਆ ਹੁੰਦਾ ਮੂਵੀ ਬਣਾਉਣ ਵੇਲੇ ਉਹ ਹੋ ਗਿਆ ਕੋਈ ਹਿਸਟੋਰੀਕਲ ਇਵੈਂਟਸ ਹੁੰਦੇ ਨੇ ਠੀਕ ਹੈ ਕਲਚਰਲ ਸਿੰਬਲਸ ਹੁੰਦੇ ਮਤਲਬ ਬਹੁਤ ਚੀਜ਼ਾਂ ਉਹ ਮੂਵੀ ਬਣਾਉਣ ਨੂੰ ਲੱਗਦੀਆਂ ਨੇਗੀਆਂ ਜਿਨ੍ਹਾਂ ਨੂੰ ਉਹ ਕੀ ਕਹਿੰਦਾ ਵਾ ਕਿ ਵੇਰੀਅਸ ਐਲੀਮੈਂਟਸ ਨੇ ਠੀਕ ਹੈ ਉਹ ਵੇਰੀਅਸ ਐਲੀਮੈਂਟਸ ਕੀ ਨੇ ਇੰਟਰਟੈਕਸਚੁਅਲ ਕੋਲਾਜ ਹੀ ਨੇ ਆਪਣੇ ਆਪ ਦੇ ਵਿੱਚ ਹੁਣ ਇੱਥੇ ਆਪਾਂ ਐਗਜ਼ਾਮਪਲ ਦੇ ਸਕਦੇ ਹਾਂ ਉਹ ਸੇਮ ਯੋਧਾ ਅਕਬਰ ਵਾਲੀ ਹੁਣ ਯੋਧਾ ਅਕਬਰ ਵਾਲੀ ਮੂਵੀ ਹੈ ਜਿਹੜੀ ਉਹਦੇ ਵਿੱਚ ਕੋਈ ਨਾ ਕੋਈ ਕਿਸੇ ਪੁਰਾਣੀ ਮੂਵੀ ਤੋਂ ਰੈਫਰੈਂਸ ਹੋਊਗਾ ਪੁਰਾਣੀ ਯੋਧਾ ਅਕਬਰ ਦਾ ਲਿਟਰੇਚਰ ਓਬਵੀਅਸਲੀ ਉਹਨਾਂ ਨੇ ਪੜ੍ਹਿਆ ਹੋਊਗਾ ਹਿਸਟੋਰੀਕਲ ਇਵੈਂਟਸ ਉਹਨਾਂ ਨੂੰ ਸਾਰੀ ਨੌਲੇਜ ਹੋਊਗੀ ਠੀਕ ਹੈ ਕਲਚਰਲ ਸਿੰਬਲਸ ਬਹੁਤ ਸਾਰੇ ਦਿਖਾਇਆ ਗਿਆ ਤਾਂ ਉਹ ਮੂਵੀ ਆਪਣੇ ਆਪ ਦੇ ਵਿੱਚ ਕਲਟ ਮੂਵੀ ਜ਼ਰੂਰ ਆ ਪਰ ਆਈਸੋਲੇਟਡ ਵਰਕ ਨਹੀਂ ਹੈਗੀ ਉਹਦੇ ਵਿੱਚ ਬਹੁਤ ਸਾਰੇ ਐਲੀਮੈਂਟਸ ਨੇ ਆਹ ਵਾਲੇ ਐਲੀਮੈਂਟਸ ਠੀਕ ਹੈ ਇੰਟਰਟੈਕਸਚੁਅਲ ਨੇਚਰ ਆਫ ਕਲਟ ਮੂਵੀਜ਼ ਮੀਨਸ ਦੈਟ ਦੇ ਇਨਵੋਲਵ ਵਿਊਅਰਸ ਟੂ ਡੀਕੋਡ ਐਂਡ ਇੰਟਰਪ੍ਰੈਟ ਮਲਟੀਪਲ ਲੇਅਰਸ ਆਫ ਮੀਨਿੰਗ ਹੁਣ ਇੰਟਰਟੈਕਸਚੁਅਲ ਨੇਚਰ ਦਾ ਮਤਲਬ ਕੀ ਆ ਅਗਰ ਆਪਾਂ ਕਹਿ ਦਈਏ ਕਿ ਫਲਾਣੀ ਕਲਟ ਮੂਵੀ ਹੈ ਉਹਦਾ ਨੇਚਰ ਇੰਟਰਟੈਕਸਚੁਅਲ ਆ ਇਹਦਾ ਮਤਲਬ ਕੀ ਆ ਕਿ ਜਿਹੜੇ ਵੀ ਵਿਊਅਰਸ ਉਹਨੂੰ ਦੇਖਣ ਆਉਣਗੇ ਉਹਦੇ ਵਿੱਚ ਆਹ ਸਾਰੀਆਂ ਚੀਜ਼ਾਂ ਨੇਗੀਆਂ ਠੀਕ ਹੈ ਲਿਟਰੇਚਰ ਹੈ ਇਵੈਂਟ ਹੈ ਸਿੰਬਲ ਨੇ ਇਹ ਸਾਰੀਆਂ ਚੀਜ਼ਾਂ ਨੇਗੀਆਂ ਮਤਲਬ ਮਲਟੀਪਲ ਲੇਅਰਸ ਆਫ ਮੀਨਿੰਗ ਨੇ ਜਿਹੜੇ ਨੂੰ ਵੇਖਣ ਆਉਣਗੇ ਉਹ ਇਸ ਮੀਨਿੰਗ ਨੂੰ ਇੰਟਰਪ੍ਰੈਟ ਕਰਨਗੇ ਡੀਕੋਡ ਕਰਨਗੇ ਹੁਣ ਇੱਥੇ ਇੱਕ ਚੀਜ਼ ਹੋਰ ਆ ਕਿ ਉਹੀ ਲੋਕ ਇੰਟਰਪ੍ਰੈਟ ਕਰ ਸਕਦੇ ਆ ਵਧੀਆ ਤਰੀਕੇ ਨਾਲ ਜਾਂ ਡੀਕੋਡ ਕਰ ਸਕਦੇ ਆ ਜਿਨ੍ਹਾਂ ਨੂੰ ਯੋਧਾ ਅਕਬਰ ਦੀ ਜਾਂ ਉਹਦੇ ਕਲਚਰਲ ਸਿੰਬਲ ਦੀ ਪਹਿਲਾਂ ਤੋਂ ਥੋੜ੍ਹੀ ਬਹੁਤ ਨੌਲੇਜ ਹੋਊਗੀ ਠੀਕ ਹੈ ਤਾਂ ਜਿਹੜੇ ਵਿਊਅਰਸ ਨੂੰ
ਜਿਨ੍ਹਾਂ ਦੇ ਕੋਲ ਮਤਲਬ ਪਹਿਲਾਂ ਹੀ ਰੈਫਰੈਂਸਿਸ ਦੇ ਵਿੱਚ ਉਹਨਾਂ ਦੀ ਨੌਲੇਜ ਐਨਰਿਚਡ ਹੁੰਦੀ ਆ, ਉਹਨਾਂ ਦਾ ਐਕਸਪੀਰੀਅੰਸ ਉਹਨਾਂ ਨਾਲੋਂ ਹਟ ਕੇ ਹੋਊਗਾ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ। ਠੀਕ ਹੈ, ਤਾਂ ਇੰਟਰਟੈਕਸਚੁਅਲ ਨੇਚਰ ਆਫ ਕਲਟ ਮੂਵੀਜ਼ ਦਾ ਮਤਲਬ ਇਹੀ ਆ ਕਿ ਵਿਊਅਰਸ ਆਉਣ, ਚੀਜ਼ਾਂ ਨੂੰ ਖੁਦ ਦੇਖਣ, ਇੰਟਰਪ੍ਰਿਟ ਕਰਨ, ਡੀਕੋਡ ਕਰਨ। ਹਰ ਕੋਈ ਕਰ ਸਕਦਾ, ਬਟ ਜ਼ਿਆਦਾ ਵਧੀਆ ਉਹ ਕਰੂਗਾ ਜਿਹਨੂੰ ਉਸ ਚੀਜ਼ ਬਾਰੇ ਪਹਿਲਾਂ ਹੀ ਥੋੜ੍ਹੀ ਜਿਹੀ ਨੌਲੇਜ ਹੋਊਗੀ। ਠੀਕ ਹੈ, ਜਿਹਦੀ ਨੌਲੇਜ ਐਨਰਿਚਡ ਹੋਊਗੀ ਆਲਰੇਡੀ। ਦੈਨ ਕਮ ਕੈਜ਼ਾਬਲੈਂਕਾ ਐਜ਼ ਅ ਸਟੱਡੀ। ਹੁਣ ਪਹਿਲਾ ਕੀ ਕੋਨਸੈਪਟ ਸੀਗਾ ਆਪਣੇ ਕੋਲ, ਕਲਟ ਮੂਵੀਜ਼ ਕੀ ਹੁੰਦੀਆਂ, ਸੈਕਿੰਡ ਇਜ਼ ਇੰਟਰਟੈਕਸਚੁਅਲ ਕੋਲਾਜ, ਥਰਡ ਇਜ਼ ਕੈਜ਼ਾਬਲੈਂਕਾ ਐਜ਼ ਕੇਸ ਸਟੱਡੀ। ਹੁਣ ਈਕੋ ਨੇ ਕੈਜ਼ਾਬਲੈਂਕਾ ਨੂੰ ਐਜ਼ ਅ ਕੇਸ ਸਟੱਡੀ ਲਿਆ ਆਪਣੇ ਕੋਨਸੈਪਟ ਨੂੰ ਇਲਸਟ੍ਰੇਟ ਕਰਨ ਲਈ। ਉਹਨੇ ਕੈਜ਼ਾਬਲੈਂਕਾ ਨੂੰ ਇੱਕ ਕੇਸ ਸਟੱਡੀ ਵਾਂਗ ਯੂਜ਼ ਕੀਤਾ। ਉਹਨੇ ਕਿਹਾ ਕਿ ਇਹ ਫਿਲਮ ਕੀ ਆ, ਪ੍ਰਾਈਮ ਐਗਜ਼ਾਮਪਲ ਆਫ ਕਲਟ ਮੂਵੀ। ਉਹ ਕਹਿੰਦਾ ਮੇਰੀ ਜਿਹੜੀ ਕੈਜ਼ਾਬਲੈਂਕਾ ਮੂਵੀ ਆ ਉਹ ਕਲਟ ਮੂਵੀਜ਼ ਐਗਜ਼ਾਮਪਲ ਆ, ਮਤਲਬ ਪੋਪੂਲੈਰਿਟੀ ਵੀ ਇਹਦੇ ਨਾਲ ਪੋਪੂਲਰ ਵੀ ਬਹੁਤ ਆ, ਅਤੇ ਜਿਹੜੀ ਆਡੀਅੰਸ ਆ ਉਹਦਾ ਡੀਪ ਇਮੋਸ਼ਨਲ ਕਨੈਕਸ਼ਨ ਵੀ ਆ। ਤਾਂ ਇਹੀ ਦੋ ਚੀਜ਼ਾਂ ਚਾਹੀਦੀਆਂ ਨੇ ਕਲਟ ਮੂਵੀ ਹੋਣ ਦੇ ਲਈ। ਉਹ ਕਹਿੰਦਾ ਪੋਪੂਲੈਰਿਟੀ ਵੀ ਇਹਦੇ 'ਚ ਅਤੇ ਕਨੈਕਸ਼ਨ, ਇਮੋਸ਼ਨਲ ਕਨੈਕਸ਼ਨ ਵੀ ਆ। ਦਿਸ ਫਿਲਮ ਇਨਕੋਰਪੋਰੇਟ ਅ ਵਾਈਡ ਰੇਂਜ ਆਫ ਇੰਟਰਟੈਕਸਚੁਅਲ ਐਲੀਮੈਂਟ। ਹੁਣ ਦੇਖੋ ਇਹ ਚੀਜ਼ ਆ ਗਈ ਕਿ ਇਹ ਮੂਵੀ 'ਚ ਪੋਪੂਲੈਰਿਟੀ ਵੀ ਆ, ਇਮੋਸ਼ਨਲ ਕਨੈਕਸ਼ਨ ਵੀ ਆਡੀਅੰਸ ਦਾ, ਪਲੱਸ ਇਹ 'ਚ ਇੰਟਰਟੈਕਸਚੁਅਲ ਐਲੀਮੈਂਟਸ ਵੀ ਨੇ। ਕਿਹੜੇ ਕਿਹੜੇ ਇੰਟਰਟੈਕਸਚੁਅਲ ਐਲੀਮੈਂਟਸ? ਲਿਟਰੇਚਰ ਦੀਆਂ ਰੈਫਰੈਂਸਿਸ, ਮਿਊਜ਼ਿਕ, ਠੀਕ ਹੈ, ਰੈਫਰੈਂਸਿਸ ਫਰੋਮ ਅਦਰ ਫਿਲਮਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇਗੀਆਂ ਉਹ ਫਿਲਮ ਨੂੰ ਰਿਚ ਕਰਦੀਆਂ ਨੇ ਅਤੇ ਕੰਪਲੈਕਸ ਕਰਦੀਆਂ ਨੇ, ਜਿਹਨੂੰ ਲੋਕ ਆਉਣਗੇ, ਦੇਖਣਗੇ ਅਤੇ ਡੀਕੋਡ ਕਰਨਗੇ। ਅਤੇ ਇਹ ਸਾਰੀਆਂ ਚੀਜ਼ਾਂ ਹੀ ਕੈਜ਼ਾਬਲੈਂਕਾ ਨੂੰ ਕੀ ਬਣਾਉਂਦੀਆਂ ਨੇ? ਇੱਕ ਕਲਟ ਮੂਵੀ। ਤਾਂ ਇਹਨੇ ਈਕੋ ਨੇ ਇਹਨੂੰ ਇੱਕ ਕੇਸ ਸਟੱਡੀ ਵਾਂਗੂ ਯੂਜ਼ ਕੀਤਾ। ਦੈਨ ਕਮਸ ਕਲਚਰਲ ਆਈਡੀਆਜ਼। ਈਕੋ ਡਿਸਕਸਿਸ ਦ ਕਲਟ ਮੂਵੀਜ਼ ਆਫਨ ਟੈਪ ਇਨ ਟੂ ਕਲਚਰਲ ਕੋਡਸ। ਇਹ ਵੀ ਆਪਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਕਲਟ ਮੂਵੀਜ਼ ਉਹ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਕਲਚਰਲ ਕੋਡ ਹੁੰਦੇ ਆ, ਠੀਕ ਹੈ, ਅਤੇ ਸ਼ੇਅਰਡ ਐਕਸਪੀਰੀਅੰਸਿਸ ਹੁੰਦੇ ਨੇ, ਮਤਲਬ ਸਾਂਝੇ ਤਜ਼ਰਬੇ ਹੁੰਦੇ ਆ ਚੀਜ਼ਾਂ ਦੇ। ਅਤੇ ਜਿਹੜੇ ਵਿਊਅਰਸ ਦੀ, ਜਿਹੜੀ ਆਡੀਅੰਸ ਦੀ ਕਲਚਰਲ ਬੈਕਗਰਾਊਂਡ ਵਧੀਆ ਹੋਊਗੀ, ਲਾਈਕ ਜੋਧਾ ਅਕਬਰ ਦੇਖਣ ਗਏ ਆ, ਜਿਨ੍ਹਾਂ ਨੂੰ ਉਹਨਾਂ ਦੋਨਾਂ ਪਰਸਨਸ ਬਾਰੇ, ਜੋਧਾ ਅਕਬਰ ਜਾਂ ਉਹਨਾਂ ਦੀ ਹਿਸਟਰੀ ਬਾਰੇ ਕੁਛ ਵੀ ਨਹੀਂ ਪਤਾ ਹੈਗਾ, ਉਹ ਉਸ ਫਿਲਮ ਦੇ ਵਿੱਚ ਲੁਕੀ ਹੋਈ ਨੌਲੇਜ ਜਾਂ ਲੇਅਰਸ ਆਫ ਮੀਨਿੰਗਸ ਨੂੰ ਡੀਕੋਡ ਜਾਂ ਇੰਟਰਪ੍ਰੈਟ ਉਹਨਾਂ ਨਹੀਂ ਕਰ ਸਕਦੇ ਹੈਗੇ, ਉਹਨਾਂ ਕੀ ਬਿਲਕੁਲ ਹੀ ਨਹੀਂ ਕਰ ਸਕਦੇ। ਉਹਨਾਂ ਲਈ ਇਹ ਇੱਕ ਲਾਈਕ ਜਿਵੇਂ ਆਪਾਂ ਕਹਿ ਦਿੰਦੇ ਹਾਂ ਇਮੈਜੀਨੇਟਿਵ ਜਾਂ ਕਾਲਪਨਿਕ ਚੀਜ਼ ਆ। ਬਟ ਜਿਹੜੇ ਵਿਊਅਰਸ ਦੀ ਕਲਚਰਲ ਬੈਕਗਰਾਊਂਡ ਬਹੁਤ ਰਿਚ ਹੋਊਗੀ, ਠੀਕ ਹੈ, ਉਹ ਕੀ ਕਰਨਗੇ, ਬੈਟਰ ਇਕਵਿਪਡ ਨੇ ਟੂ ਡੀਕੋਡ ਦਾ ਮਲਟੀਪਲ ਲੇਅਰਸ ਆਫ ਮੀਨਿੰਗ ਐਮਬੈਬਡ ਇਨ ਦੀਸ ਫਿਲਮਸ। ਤਾਂ ਉਹ ਇੱਦਾਂ ਦੀਆਂ ਫਿਲਮਾਂ ਦੇ ਵਿੱਚ ਜਿਹੜੇ ਮਲਟੀਪਲ ਲੇਅਰਸ ਆਫ ਮੀਨਿੰਗ ਆ ਨਾ, ਉਹਨੂੰ ਆਰਾਮ ਨਾਲ ਡੀਕੋਡ ਕਰ ਸਕਣਗੇ। ਇੱਕ ਫਿਫਥ ਕੀ ਕੰਸੈਪਟ ਹੈ, ਐਕਟਿਵ ਵਿਊਅਰ ਪਾਰਟੀਸਪੇਸ਼ਨ। ਉਹੀ ਚੀਜ਼ ਕਿ ਅਜਿਹੀਆਂ ਮੂਵੀਜ਼ ਦੇ ਵਿੱਚ ਵਿਊਅਰਸ ਦੀ ਐਕਟਿਵ ਪਾਰਟੀਸਪੇਸ਼ਨ ਹੁੰਦੀ ਹੈ, ਮਤਲਬ ਉਹ ਅਜਿਹੀਆਂ ਮੂਵੀਜ਼ 'ਚ ਕਲਚਰਲ ਕੋਡਸ ਹੁੰਦੇ ਆ ਅਤੇ ਜਿਹੜੇ ਲੋਕ ਨੇ ਉਹ ਡੀਕੋਡ ਕਰਦੇ ਨੇ ਚੀਜ਼ਾਂ ਨੂੰ। ਦੈਨ ਕੰਕਲੂਜਨ 'ਚ ਅਸੀਂ ਲਿਖਾਂਗੇ ਕਿ ਈਕੋਜ਼ ਐਕਸਪਲੇਨੇਸ਼ਨ ਆਫ ਕਲਟ ਮੂਵੀਜ਼ ਐਂਡ ਇੰਟਰਟੈਕਸਚੁਅਲ ਕੋਲਾਜ ਇਨ ਕੈਜ਼ਾਬਲੈਂਕਾ ਐਕਸਪਲੋਰਸ ਦ ਕੋਨਸੈਪਟ ਆਫ, ਕਿ ਈਕੋ ਨੇ ਜਿਹੜਾ ਕੈਜ਼ਾਬਲੈਂਕਾ ਨੂੰ ਇੱਕ ਕਲਟ ਮੂਵੀ ਦੱਸਿਆ ਅਤੇ ਦੱਸਿਆ ਕਿ ਇਹਦੇ ਵਿੱਚ ਇੰਟਰਟੈਕਸਚੁਅਲ ਕੋਲਾਜ ਆ, ਉਹਨੇ ਕਿਹੜੀ ਕਿਹੜੀ ਚੀਜ਼ਾਂ ਨੂੰ ਐਕਸਪਲੋਰ ਕੀਤਾ? ਉਹਨੇ ਐਕਸਪਲੋਰ ਕੀਤਾ ਕੋਨਸੈਪਟ ਆਫ ਇੰਟ੍ਰੀਕੇਟ ਵੈੱਬ ਆਫ ਕਲਚਰਲ ਰੈਫਰੈਂਸਿਸ, ਕਿ ਕੈਜ਼ਾਬਲੈਂਕਾ ਦੇ ਵਿੱਚ ਬਹੁਤ ਵੱਡਾ ਵੈੱਬ ਹੈ ਇੱਕ ਕਲਚਰਲ ਰੈਫਰੈਂਸਿਸ ਦਾ। ਆਡੀਅੰਸ ਦਾ ਐਕਟਿਵ ਰੋਲ ਹੈ, ਕਾਹਦੇ 'ਚ ਰੋਲ ਐਕਟਿਵ, ਇੰਟਰਪ੍ਰੈਟ ਕਰਨ ਦੇ ਵਿੱਚ, ਠੀਕ ਹੈ। ਲੇਅਰਸ ਆਫ ਮੀਨਿੰਗ, ਜਿਵੇਂ ਆਪਾਂ ਪਹਿਲਾਂ ਹੀ ਕਿਹਾ ਸੀ, ਜੋ ਵੀ ਉਸ ਮੂਵੀ ਦੇ ਵਿੱਚ ਲਿਟਰੇਚਰ ਹੈ, ਮਿਊਜ਼ਿਕ ਹੈ, ਰੈਫਰੈਂਸਿਸ ਨੇ, ਉਹ ਸਾਰੀ ਚੀਜ਼ ਨੂੰ ਉਹਨੇ ਜਿਹੜੀ ਆਡੀਅੰਸ ਹੈ ਇੰਟਰਪ੍ਰੈਟ ਕਰ ਰਹੀ ਹੈ। ਐਂਡ ਕੰਟਰੀਬਿਊਟਿੰਗ ਟੂ ਦ ਸਿਗਨੀਫਿਕੈਂਸ ਆਫ ਦੀਜ਼ ਫਿਲਮਸ, ਜਿਹਦੇ ਕਰਕੇ ਇਹ ਫਿਲਮ ਦੀ ਜਿਹੜੀ ਸਿਗਨੀਫਿਕੈਂਸ ਹੈ ਉਹਨੂੰ ਇਹ ਸਭ ਕੁਛ ਕੰਟਰੀਬਿਊਟ ਹੋ ਰਿਹਾ। ਤਾਂ ਆਪਾਂ ਜੋ ਵੀ ਉੱਪਰ ਪੜ੍ਹਿਆ, ਕੰਕਲੂਜਨ 'ਚ ਉਹੀ ਚੀਜ਼ ਲਿਖ ਦੇਣੀ ਆ ਕਿ ਕੈਜ਼ਾਬਲੈਂਕਾ ਇੱਕ ਕਲਟ ਮੂਵੀ ਹੈ, ਉਹਦੇ ਵਿੱਚ ਇੰਟਰਟੈਕਸਚੁਅਲ ਕੋਲਾਜ ਹੈ, ਮਤਲਬ ਕੈਜ਼ਾਬਲੈਂਕਾ ਦੇ ਵਿੱਚ ਬਹੁਤ ਸਾਰੇ ਮਲਟੀਪਲ ਐਲੀਮੈਂਟਸ ਨੇ, ਰੈਫਰੈਂਸਿਸ ਲਈਆਂ ਹੋਈਆਂ ਨੇ, ਹਿਸਟੋਰੀਕਲ ਚੀਜ਼ਾਂ ਨੇ ਬਹੁਤ ਸਾਰੀਆਂ, ਲਿਟਰੇਚਰ ਬੇਸਡ ਚੀਜ਼ਾਂ ਬਹੁਤ ਸਾਰੀਆਂ ਨੇ, ਠੀਕ ਹੈ। ਇਹਨਾਂ ਚੀਜ਼ਾਂ ਕਰਕੇ ਸਿਰਫ ਉਹੀ ਪਰਸਨ ਜਿਹੜੇ ਨੇ ਜਿਨ੍ਹਾਂ ਦੀ ਬੈਕਗਰਾਊਂਡ ਰਿਚ ਹੈ, ਠੀਕ ਹੈ, ਨੌਲੇਜ ਰਿਚ ਹੈ, ਉਹ ਵਿਊਅਰਸ ਆਉਣਗੇ, ਚੀਜ਼ਾਂ ਨੂੰ ਡੀਕੋਡ ਕਰਨਗੇ, ਇੰਟਰਪ੍ਰੈਟ ਕਰਨਗੇ ਅਤੇ ਆਪਣੇ ਆਪ ਨੂੰ ਡੀਪਲੀ ਕਨੈਕਟ ਕਰਨਗੇ, ਠੀਕ ਹੈ। ਅਤੇ ਉਹ ਮੂਵੀ ਜਿਹੜੀ ਆ ਪਾਪੂਲਰ ਵੀ ਹੋਊਗੀ ਅਤੇ ਉਹਦੇ ਆਲੇ ਦੁਆਲੇ ਲੋਕ ਇੱਕ ਸਬ ਕਲਚਰ ਵੀ ਕ੍ਰੀਏਟ ਕਰ ਲੈਣਗੇ। ਦਿਸ ਇਜ਼ ਆਲ ਅਬਾਊਟ ਕੰਕਲੂਜਨ। ਦੈਨ ਕਮਸ ਕਿ ਕੈਜ਼ਾਬਲੈਂਕਾ ਦੇ ਵਿੱਚ ਹੈ ਕੀ ਸੀ, ਪਲੋਟ ਸਮਰੀ ਕੀ ਹੈ। ਓਕੇ, ਸਟੋਰੀ ਇਜ਼ ਸੈਟ ਇਨ ਸਿਟੀ ਆਫ ਕੈਜ਼ਾਬਲੈਂਕਾ ਇਨ ਮੋਰੱਕੋ। ਜਿਹੜੀ ਸਟੋਰੀ ਹੈ ਨਾ, ਮੋਰੱਕੋ ਸਿਟੀ ਦੇ ਵਿੱਚ ਹੈ ਸਾਰੀ ਜੋ ਵੀ ਸੈਟਅਪ ਹੈ। ਵਿਚ ਇਜ਼ ਹੈਵਨ ਫੋਰ ਰਿਫਿਊਜ਼ੀਜ਼ ਟਰਾਇੰਗ ਟੂ ਐਸਕੇਪ ਦ ਨਾਜ਼ੀ ਓਕਿਊਪੇਸ਼ਨ ਆਫ ਯੂਰਪ। ਹੁਣ ਇਹ ਯੂਰਪ ਦੇ ਵਿੱਚ ਨਾਜ਼ੀ ਓਕਿਊਪੇਸ਼ਨ ਦਾ ਕੀ ਮਤਲਬ ਹੈ,
ਜਰਮਨ ਦੀ ਕੋਈ ਪਾਰਟੀ ਸੀਗੀ, ਹਿਟਲਰ ਐਂਡ ਆਲ, ਠੀਕ ਹੈ, ਉਹ ਇਸੇ ਟਾਈਮ ਦੇ ਦੌਰਾਨ ਸੀ। ਤਾਂ ਜਿਹੜਾ ਨਾਜ਼ੀ ਓਕੂਪੇਸ਼ਨ ਆ, ਇੱਕ ਸੋਸ਼ਲ ਨੈਸ਼ਨਲ ਸੋਸ਼ਲਿਸਟ ਵਰਕਰਸ ਦੀ ਪਾਰਟੀ ਸੀ ਜਰਮਨ ਦੀ, ਠੀਕ ਹੈ, ਉਹ ਮਤਲਬ ਲੋਕ ਉੱਥੋਂ ਦੇ ਬਹੁਤ ਦੁਖੀ ਸੀਗੇ ਉਹਨਾਂ ਤੋਂ। ਅਤੇ ਜਿਹੜਾ ਮੋਰੱਕੋ ਆ, ਲੋਕ ਮੋਰੱਕੋ ਨੂੰ ਇੱਕ ਹੈਵਨ ਸਮਝਦੇ ਸੀਗੇ, ਇੱਥੋਂ ਐਸਕੇਪ ਹੋ ਕੇ ਇੱਥੇ ਆਉਂਦੇ ਸੀਗੇ, ਜਿਵੇਂ ਸ਼ਰਨ ਲੈਂਦੇ ਸੀਗੇ, ਜਿਵੇਂ ਬਹੁਤ ਸਾਰੇ, ਜਿਵੇਂ ਆਪਣੇ ਕੰਟਰੀ ਦੇ ਵਿੱਚ ਕਰੋਨਾ ਟਾਈਮ ਕਿੰਨੇ ਲੋਕ ਆਏ ਨੇ, ਜਾਂ ਹੋਰ ਜਿਹੜੇ ਲਾਈਕ ਰਿਫਿਊਜ਼ੀਜ਼ ਨੇ ਅਫਗਾਨਿਸਤਾਨ ਵਗੈਰਾ ਦੇ, ਸੇਮ, ਠੀਕ ਹੈ, ਜਿਵੇਂ ਉਹ ਅਫਗਾਨਿਸਤਾਨ ਤੋਂ ਐਸਕੇਪ ਹੋ ਕੇ ਇੱਥੇ ਆਏ ਨੇ, ਉਸੇ ਤਰੀਕੇ ਨਾਲ ਯੂਰਪ ਦੇ ਵਿੱਚ ਜਿਹੜੇ ਨਾਜ਼ੀ ਓਕੂਪੇਸ਼ਨ ਸੀ, ਉੱਥੋਂ ਦੇ ਲੋਕਾਂ ਲਈ ਮੋਰੱਕੋ ਇੱਕ ਸਵਰਗ ਸੀਗਾ, ਕਿਉਂਕਿ ਉੱਥੋਂ ਉਹ ਐਸਕੇਪ ਹੋਣਾ ਚਾਹੁੰਦੇ ਸੀਗੇ ਉਸ ਓਕੂਪੇਸ਼ਨ, ਜਾਂ ਉਸ ਜੋ ਵੀ ਉੱਥੇ ਲੀਡਰ ਸੀ ਉਹਨਾਂ ਤੋਂ ਐਸਕੇਪ ਹੋਣਾ ਚਾਹੁੰਦੇ ਸੀਗੇ। ਫੋਕਲ ਪੁਆਇੰਟ ਆਫ ਦ ਸਿਟੀ ਇਜ਼ ਰਿਕਸ ਕੈਫੇ ਅਮੈਰੀਕਨ। ਹੁਣ ਇਹ ਜਿਹੜਾ ਇੱਕ ਮੇਨ ਕਰੈਕਟਰ ਹੈ ਰਿਕ ਦਾ ਇੱਕ ਕੈਫੇ ਸੀਗਾ, ਕੈਫੇ ਅਮੈਰੀਕਨ, ਓਨਡ ਬਾਏ ਅ ਸਿਨੀਕਲ ਐਂਡ ਐਨਿਗਮੈਟਿਕ ਅਮੈਰੀਕਨ ਐਕਸਪੈਟਰੀਏਟ। ਅਮੈਰੀਕਾ ਦਾ ਇੱਕ ਐਕਸਪੈਟਰੀਏਟ ਇੱਕ ਤਰ੍ਹਾਂ ਦਾ ਐਕਸਪੀਰੀਅੰਸਡ ਇੰਪਲੋਈ ਨੂੰ ਕਹਿ ਦਿੰਦੇ ਆ, ਠੀਕ ਹੈ, ਜਿਹਦੇ ਕੋਲ ਕੋਈ ਲਾਈਕ ਐਕਸਪੀਰੀਅੰਸ ਹੁੰਦਾ ਹੈ। ਓਕੇ, ਐਕਸਪੈਟਰੀਏਟ ਜਾਂ ਆਪਾਂ ਕਹਿ ਦਈਏ ਜਿਹੜਾ ਆਪਣੀ ਕੰਟਰੀ ਤੋਂ ਬਾਹਰ ਰਹਿ ਰਿਹਾ ਵਾ, ਰਾਈਟ, ਜਿਹੜਾ ਆਪਣੀ ਕੰਟਰੀ ਤੋਂ ਬਾਹਰ ਰਹਿ ਕੇ ਕਿਸੇ ਜਗ੍ਹਾ ਕੰਮ ਕਰ ਰਿਹਾ ਵਿਦ ਐਕਸਪੀਰੀਅੰਸ। ਤਾਂ ਉਹ ਅਮੈਰੀਕਾ ਦਾ ਪਰਸਨ ਸੀਗਾ, ਬਟ ਉਹ ਇੱਥੇ ਕੰਮ ਕਰਦਾ ਸੀਗਾ। ਫਿਰ ਉਹਦਾ ਜਿਹੜਾ ਬੇਸਿਕ ਨੇਚਰ ਕੀ ਸੀਗਾ, ਥੋੜ੍ਹਾ ਸਿਨੀਕਲ ਮਤਲਬੀ ਜਿਹਾ ਸੀਗਾ, ਐਂਡ ਐਨਿਗਮੈਟਿਕ ਮਤਲਬ ਮਿਸਟੀਰੀਅਸ ਸੀਗਾ, ਠੀਕ ਹੈ। ਨਾਮ ਪੂਰਾ ਕੀ ਹੈ, ਰਿਕ ਬਲੇਨ, ਉਹਦਾ ਇੱਕ ਕੈਫੇ ਸੀਗਾ। ਦਾ ਪਲੋਟ ਇਜ਼ ਟ੍ਰਿਗਰਡ ਵੈਨ ਐਲਸਾ, ਦਿਸ ਇਜ਼ ਐਲਸਾ, ਐਲਸਾ ਰਿਕਸ ਫੋਰਮਰ ਲਵ ਐਂਡ ਹਰ ਹਸਬੈਂਡ ਵਿਕਟਰ ਲੇਜ਼ਲੋ ਅਰਾਈਵ ਇਨ ਕੈਜ਼ਾਬਲੈਂਕਾ। ਹੁਣ ਕੈਜ਼ਾਬਲੈਂਕਾ ਸਿਟੀ ਦੇ ਵਿੱਚ ਐਲਸਾ ਨਾਮ ਦੀ ਇੱਕ ਕੁੜੀ ਆਉਂਦੀ ਹੈ ਆਪਣੇ ਹਸਬੈਂਡ ਰਿਕ ਦੇ ਨਾਲ, ਸੋਰੀ, ਆਪਣੇ ਹਸਬੈਂਡ ਵਿਕਟਰ ਦੇ ਨਾਲ, ਵਿਕਟਰ ਲੇਜ਼ਲੋ ਦੇ ਨਾਲ। ਹੁਣ ਜਿਹੜੀ ਇਹ ਐਲਸਾ ਹੈ ਨਾ, ਇਹ ਰਿਕ ਦੀ ਫੋਰਮਰ ਲਵਰ ਹੈ, ਜਾਂ ਐਕਸ ਗਰਲਫ੍ਰੈਂਡ ਜੋ ਵੀ ਹੈ, ਠੀਕ ਹੈ। ਪਹਿਲਾਂ ਇਹਨਾਂ ਦਾ ਅਫੇਅਰ ਸੀਗਾ ਰਿਕ ਅਤੇ ਐਲਸਾ ਦਾ। ਉਹ ਕੈਜ਼ਾਬਲੈਂਕਾ ਆਉਂਦੇ ਨੇ ਸੀਕਿੰਗ ਐਗਜ਼ਿਟ ਵੀਜ਼ਾਸ ਟੂ ਐਸਕੇਪ ਟੂ ਅਮੈਰੀਕਾ। ਅਤੇ ਉਹ ਨਾ ਅਮੈਰੀਕਾ ਦੇ ਵੀਜ਼ੇ ਲੈਣਾ ਚਾਹੁੰਦੇ, ਲਾਈਕ ਉਹ ਕਿਤੋਂ ਨਿਕਲਣਾ ਚਾਹੁੰਦੇ, ਐਸਕੇਪ ਕਿੱਥੇ ਕਰ ਰਹੇ ਨੇ ਉਹ, ਟੂ ਅਮੈਰੀਕਾ। ਉਹਨਾਂ ਨੂੰ ਵੀਜ਼ਾ ਚਾਹੀਦਾ, ਐਗਜ਼ਿਟ ਵੀਜ਼ਾ। ਐਲਸਾ ਐਂਡ ਰਿਕ ਹੈਡ ਅ ਪੈਸ਼ਨੇਟ ਲਵ ਅਫੇਅਰ ਇਨ ਪੈਰਿਸ। ਹੁਣ ਇਹ ਦੱਸ ਰਿਹਾ ਕਿ ਇਹ ਵਾਲੀ ਐਲਸਾ ਅਤੇ ਆਹ ਜਿਹੜਾ ਕੈਫੇ ਵਾਲਾ ਰਿਕ ਆ, ਇਹਨਾਂ ਦਾ ਕੋਈ ਬਹੁਤ ਪੈਸ਼ਨੇਟ ਲਵ ਅਫੇਅਰ ਸੀਗਾ ਪੈਰਿਸ ਦੇ ਵਿੱਚ, ਜਸਟ ਬਿਫੋਰ ਦਾ ਜਰਮਨ ਓਕੂਪੇਸ਼ਨ। ਜਰਮਨੀ ਦੀ ਸਰਕਾਰ ਉੱਥੇ ਬਣਨ ਤੋਂ ਪਹਿਲਾਂ ਪੈਰਿਸ ਦੇ ਵਿੱਚ ਉਹਨਾਂ ਦਾ ਲਵ ਅਫੇਅਰ ਸੀਗਾ, ਪਰ ਸਰਕਮਸਟੈਂਸਿਸ ਇਹੋ ਜਿਹੇ ਸੀਗੇ ਕਿ ਉਹ ਅਲੱਗ ਹੋ ਗਏ, ਠੀਕ ਹੈ। ਐਜ਼ ਐਲਸਾ ਐਂਡ ਵਿਕਟਰ ਨੇਵੀਗੇਟ ਦਾ ਚੈਲੇਂਜਿਸ ਆਫ ਅਪਟੇਨਿੰਗ ਦਾ ਨੈਸੈਸਰੀ ਵੀਜ਼ਾਸ। ਹੁਣ ਐਲਸਾ ਅਤੇ ਵਿਕਟਰ ਜਿਹੜੇ ਆਪਸ 'ਚ ਹਸਬੈਂਡ ਵਾਈਫ ਨੇ, ਠੀਕ ਹੈ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਹੁਤ ਸਾਰੇ ਚੈਲੇਂਜਸ ਤੋਂ ਬਾਅਦ ਉਹਨਾਂ ਨੂੰ ਵੀਜ਼ਾਸ ਮਿਲ ਜਾਂਦੇ, ਐਗਜ਼ਿਟ ਵੀਜ਼ਾਸ। ਰਿਕ ਇਜ਼ ਫੇਸਡ ਅ ਮੋਰਲ ਡਿਲੈਮਾ। ਹੁਣ ਰਿਕ ਵਾ ਜਿਹੜਾ ਕੈਫੇ ਵਾਲਾ, ਉਹ ਇੱਥੇ ਇੱਕ ਮਾਨਸਿਕ ਸਥਿਤੀ ਦੇ ਵਿੱਚ ਫਸ ਜਾਂਦਾ, ਕਿਉਂਕਿ ਉਹਦਾ ਅਤੇ ਇਸ ਕੁੜੀ ਦਾ ਪਹਿਲਾਂ ਅਫੇਅਰ ਰਿਹਾ ਹੁੰਦਾ, ਠੀਕ ਹੈ, ਤਾਂ ਉਹਦਾ ਇੱਕ ਤਰ੍ਹਾਂ ਨਾਲ ਮਨ ਬਦਲ ਜਾਂਦਾ ਵਾ। ਮੋਰਲ ਡਿਲੈਮਾ ਹੁੰਦਾ ਜਿੱਥੇ ਆਪਾਂ ਨੂੰ ਸਹੀ ਗੱਲ ਦਾ ਪਤਾ ਨਾ ਹੋਵੇ, ਉਹ ਸੇਮ ਹਾਲਤ ਹੁੰਦੀ ਹੈ ਰਿਕ ਦੀ। ਤਾਂ ਉਹ ਕੀ ਕਰਦਾ, ਉਹਨਾਂ ਦੇ ਜਿਹੜੇ ਵੀਜ਼ਾਸ ਨੇ ਨਾ, ਲੈਟਰਸ ਨੇ, ਉਹ ਚੋਰੀ ਕਰ ਲੈਂਦਾ ਅਤੇ ਉਹਨੂੰ ਇੱਕ ਤਰ੍ਹਾਂ ਨਾਲ ਪਾੜ ਦਿੰਦਾ ਵਾ, ਠੀਕ ਹੈ। ਪਾੜਦਾ ਕਿਸ ਸਥਿਤੀ ਦੇ ਵਿੱਚ ਆ, ਠੀਕ ਹੈ, ਓਬਵੀਅਸਲੀ ਉਹਦਾ ਪਹਿਲਾਂ ਇਹਦੇ ਨਾਲ ਅਫੇਅਰ ਰਿਹਾ ਹੁੰਦਾ, ਠੀਕ ਹੈ, ਜਦੋਂ ਦੇਖਦਾ ਕਿ ਆਪਦੇ ਹਸਬੈਂਡ ਨਾਲ ਇੱਥੋਂ ਐਸਕੇਪ ਕਰ ਰਹੀ ਹੈ, ਵੀਜ਼ਾਸ ਆ ਗਏ ਨੇ, ਤਾਂ ਉਹ ਸਾਰੀਆਂ ਚੀਜ਼ਾਂ ਦੇ ਮਾਇੰਡ 'ਚ ਹੁੰਦੀਆਂ ਨੇ, ਉਹਦੀਆਂ ਫੀਲਿੰਗਸ ਵਗੈਰਾ, ਠੀਕ ਹੈ, ਇੰਟਰਨਲ ਕੌਨਫਲਿਕਟਸ, ਉਹਨਾਂ ਸਾਰੇ ਚੱਕਰਾਂ ਦੇ ਵਿੱਚ ਉਹਨਾਂ ਦਾ ਵੀਜ਼ਾ ਜਿਹੜਾ ਲੈਟਰਸ ਨੇ ਉਹ ਪਾੜ ਦਿੰਦਾ ਵਾ। ਬਟ ਇਨ ਦਾ ਐਂਡ ਕੀ ਹੁੰਦਾ, ਰਿਕ ਮੇਕਸ ਅ ਸੈਲਫਲੈਸ ਡਿਸੀਜਨ। ਇੱਥੇ ਤਾਂ ਚਲੋ ਜੋ ਵੀ ਹੁੰਦਾ, ਠੀਕ ਹੈ, ਉਹ ਗਲਤ ਕਰਦਾ ਵਾ ਕਿ ਉਹਨਾਂ ਦੇ ਲੈਟਰਸ ਪਾੜ ਦਿੰਦਾ ਵਾ, ਠੀਕ ਹੈ, ਬਾਅਦ ਵਿੱਚ ਉਹ ਇੱਕ ਸੈਲਫਲੈਸ ਡਿਸੀਜਨ ਸ਼ੋਅ ਕਰਦਾ ਵਾ। ਉਹ ਕੀ ਕਰਦਾ ਵਾ, ਪੁਟਿੰਗ ਦਾ ਗ੍ਰੇਟਰ ਗੁੱਡਨੈਸ ਅਬਵ ਹਿਜ਼ ਪਰਸਨਲ ਡਿਜ਼ਾਇਰ। ਉਹ ਆਪਣੀਆਂ ਇੱਛਾਵਾਂ ਦੇ ਉੱਪਰ, ਇੱਛਾਵਾਂ ਨੂੰ ਲਾਈਕ ਕੁਰਬਾਨ ਕਰਕੇ ਉਹ ਕੀ ਕਰਦਾ ਵਾ, ਹੀ ਹੈਲਪ ਐਲਸਾ ਐਂਡ ਵਿਕਟਰ ਐਸਕੇਪ ਵਾਈਲ ਫੇਸਿੰਗ ਦਾ ਕੌਨਸੀਕੁਐਂਸਿਸ ਆਫ ਹਿਜ਼ ਐਕਸ਼ਨ ਇਨ ਕੈਜ਼ਾਬਲੈਂਕਾ। ਉਹ ਐਲਸਾ ਅਤੇ ਵਿਕਟਰ ਨੂੰ ਉੱਥੋਂ ਨਿਕਲਣ 'ਚ ਮਦਦ ਕਰਦਾ ਵਾ, ਅਤੇ ਉਹਨੂੰ ਕੈਜ਼ਾਬਲੈਂਕਾ, ਕਿਉਂਕਿ ਉਹਨੇ ਇਹ ਚੀਜ਼ ਕੀਤੀ ਆ, ਉਹਨਾਂ ਨੂੰ ਐਸਕੇਪ ਕੀਤਾ ਵਾ, ਠੀਕ ਹੈ, ਇੱਕ ਤਰ੍ਹਾਂ ਨਾਲ ਗੁਨਾਹ ਕੀਤਾ, ਤਾਂ ਉਹਨੂੰ ਕੈਜ਼ਾਬਲੈਂਕਾ ਦੇ ਵਿੱਚ ਪਿੱਛੋਂ ਬਹੁਤ ਕੁਛ ਭੁਗਤਦਾ ਵਾ ਉਹ, ਠੀਕ ਹੈ। ਅਤੇ ਇੱਥੇ ਇੱਕ ਹੋਰ ਚੀਜ਼ ਹੈ ਰਹਿ ਗਿਆ ਸੀਗਾ, ਪੂਰੀ ਦੀ ਪੂਰੀ ਮੂਵੀ ਦੇ ਵਿੱਚ ਥੀਮਸ ਆਫ ਲਵ, ਸੈਕਰੀਫਾਈਸ ਐਂਡ ਮੋਰਲ ਐਂਬੀਗੁਇਟੀ ਐਕਸਪਲੋਰਡ। ਇਹ ਸਾਰੇ ਥੀਮਸ ਜਿਹੜੇ ਨੇ ਇਹ ਮੂਵੀ ਦੇ ਵਿੱਚ ਦੇਖਣ ਨੂੰ ਮਿਲਦੇ ਆ। ਫੇਮਸ ਸੌਂਗ ਆ ਜਿਹੜਾ ਐਜ਼ ਟਾਈਮ ਗੋਜ਼ ਬਾਏ, ਇਹ ਜਿਹੜਾ ਸੌਂਗ ਆ ਇਹ ਸਿੰਬਲ ਆਫ
ਪਾਸਟ ਰੋਮੈਂਸ ਐਜ਼ ਦਾ ਟਾਈਮ ਗੋਜ਼ ਬਾਏ ਇਹ ਸੌਂਗ ਬਾਰ ਬਾਰ ਚੱਲਦਾ ਵਾ ਇਹ ਰਿਕ ਅਤੇ ਐਲਸਾ ਦੇ ਪਾਸਟ ਅਫੇਅਰ ਨੂੰ ਦਰਸਾਉਂਦਾ ਵਾ ਮੀਨਵਾਈਲ ਕੈਪਟਨ ਰੋਨਾਲਟ ਇੱਕ ਰੋਨਾਲਟ ਨਾਂ ਦਾ ਕੋਈ ਕੈਪਟਨ ਹੈ ਬਹੁਤ ਕਰਪਟ ਲੋਕਲ ਪੁਲਿਸ ਚੀਫ ਹੈ ਜਿਹਦੇ ਕਰਕੇ ਇੱਕ ਐਲੀਮੈਂਟ ਇੰਟਰੀਗ ਮਤਲਬ ਕਰਿਓਸਿਟੀ ਐਂਡ ਮੋਰਲ ਐਮਬੀਗੁਇਟੀ ਮਤਲਬ ਲੈਕ ਆਫ ਅਸਰਟਨਿਟੀ ਅਬਾਊਟ ਰਾਈਟ ਔਰ ਰੋਂਗ ਠੀਕ ਹੈ ਇਹ ਜਿਹੜਾ ਕਰਪਟ ਪੁਲਿਸ ਵਾਲਾ ਵਾ ਇਹਦੇ ਕਰਕੇ ਆਹ ਵਾਲੇ ਐਲੀਮੈਂਟ ਆਉਂਦੇ ਆ ਸਟੋਰੀ 'ਚ ਕਰਿਓਸਿਟੀ ਬਣੀ ਰਹਿੰਦੀ ਹੈ ਅਤੇ ਮੋਰਲ ਐਮਬੀਗੁਇਟੀ ਉਹੀ ਕਿ ਆਪਾਂ ਨੂੰ ਪਤਾ ਨਾ ਹੋਵੇ ਸਹੀ ਗਲਤ ਦਾ ਇਹ ਦੋ ਐਲੀਮੈਂਟਸ ਇਸ ਪੁਲਿਸ ਵਾਲੇ ਕਰਕੇ ਆਉਂਦੇ ਆ ਇਸ ਤੋਂ ਇਲਾਵਾ ਥੀਮਸ ਆਫ ਲਵ ਨੇ ਜਸਟਿਸ ਆ ਮੋਰਲ ਐਮਬੀਗੁਇਟੀ ਆਪਾਂ ਪੜ੍ਹੀ ਚੁੱਕੇ ਹਾਂ ਇਹ ਚੀਜ਼ਾਂ ਨੇ ਦੈਟਸ ਇਟ ਥੈਂਕ ਯੂ